ਬੀਜੇਪੀ ਨੂੰ ਕਿਸੇ ਤਰ੍ਹਾਂ ਦਾ ਕੋਈ ਉਹਦੇ 'ਚ ਨਹੀਂ ਮਿਲਿਆ, ਕਿਸ ਤਰ੍ਹਾਂ ਤੁਸੀਂ ਵੇਖ? ਨਹੀਂ, ਬੀਜੇਪੀ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਹੈ। ਦੇਖੋ, ਸੀਟ ਨਹੀਂ ਮਿਲਣਾ ਉਹ ਅਲੱਗ ਗੱਲ ਹੈ, ਲੇਕਿਨ ਵੋਟਾਂ ਦੇ ਮਾਮਲੇ 'ਚ ਬੀਜੇਪੀ ਨੇ ਬਹੁਤ ਪ੍ਰੋਗਰੈਸ ਕੀਤੀ ਹੈ। ਔਰ ਮੈਂ ਆਪਣੇ ਹਲਕੇ ਦੀ ਅਗਰ ਗੱਲ ਕਰਾਂ, ਸ਼੍ਰੀ ਅਨੰਦਪੁਰ ਸਾਹਿਬ ਹਲਕੇ 'ਚ, ਹਾਲਾਂਕਿ ਮੈਨੂੰ 18 ਦਿਨ ਹੀ ਕੈਂਪੇਨ ਲਈ ਮਿਲੇ ਸੀ, ਬਹੁਤ ਥੋੜ੍ਹਾ ਟਾਈਮ ਹੈ ਇੰਨੀ ਵੱਡੀ ਪਾਰਲੀਮੈਂਟ ਨੂੰ ਕਵਰ ਕਰਨ ਲਈ, ਔਰ ਮੈਂ ਬਹੁਤ ਘੱਟ ਜਗ੍ਹਾ ਜਾ ਸਕਿਆ, ਲੇਕਿਨ ਜਿੱਥੇ ਵੀ ਮੈਂ ਗਿਆ ਬੀਜੇਪੀ ਨੂੰ ਜ਼ਬਰਦਸਤ ਸਮਰਥਨ ਮਿਲਿਆ। 6.5% ਵੋਟਾਂ ਸਾਨੂੰ ਵਿਧਾਨ ਸਭਾ 'ਚ ਮਿਲੀਆਂ ਸੀਗੀਆਂ, ਅੱਜ 18% ਵੋਟਾਂ ਇਸ ਲੋਕ ਸਭਾ 'ਚ ਮੈਨੂੰ ਮਿਲੀਆਂ, ਲਗਭਗ 3 ਗੁਣਾ ਜ਼ਿਆਦਾ ਵੋਟਾਂ ਪਈਆਂ। ਅਗਰ ਸਮੇਂ ਜ਼ਿਆਦਾ ਹੁੰਦਾ, ਜਿੰਨਾ ਬਾਕੀ ਉਮੀਦਵਾਰਾਂ ਨੂੰ ਮਿਲਿਆ ਮੇਰੇ ਮੁਕਾਬਲੇ ਜਿਹੜੇ ਚੋਣ ਲੜ ਰਹੇ ਸੀ, ਤਾਂ ਰਿਜ਼ਲਟ ਬਿਲਕੁਲ ਅਲੱਗ ਹੁੰਦਾ। ਔਰ ਇਹ ਜਿਹੜਾ ਸਮਰਥਨ ਸਾਨੂੰ ਮਿਲਿਆ, 1,88,000 ਵੋਟ ਮਿਲੀ, ਸਿਰਫ ਸ਼ਹਿਰਾਂ 'ਚੋਂ ਨਹੀਂ ਮਿਲੀ, ਪਿੰਡਾਂ 'ਚੋਂ ਵੀ ਮਿਲੀ ਹੈ, ਔਰ ਬਹੁਤ ਸਾਰੇ ਪਿੰਡਾਂ 'ਚੋਂ ਬੀਜੇਪੀ ਲੀਡ ਕਰਕੇ ਆਈ। ਮੈਂ ਜਦੋਂ ਸਾਰਾ ਐਨਾਲਿਸਿਸ ਕਰ ਰਿਹਾ ਡਾਟੇ ਦਾ, ਜਿੰਨਾ ਜਿੰਨਾ ਪਿੰਡਾਂ 'ਚ ਬੀਜੇਪੀ ਸਭਾਵਾਂ ਕਰ ਪਾਈ, ਜਿੱਥੇ ਮੈਂ ਜਾ ਸਕਿਆ, ਉਹ ਸਾਰੇ ਪਿੰਡ ਲੀਡ ਕੀਤੇ ਸੀ। ਇਹ ਤਾਂ ਮਤਲਬ ਹੈ ਕਿ ਲੋਕ ਤਿਆਰ ਨੇ ਬੀਜੇਪੀ ਨਾਲ ਆਉਣ ਲਈ, ਸਮੇਂ ਦੀ ਘਾਟ ਕਰਕੇ ਪਹੁੰਚ ਨਹੀਂ ਸਕੇ ਉਹਨਾਂ ਤੱਕ। ਇਸ ਕਰਕੇ ਮੈਂ ਬੜਾ ਆਸਵਾਦੀ ਹਾਂ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਹੋਰ ਤਗੜੀ ਹੋ ਕੇ ਨਿਕਲੇਗੀ, ਕਿਉਂਕਿ ਪਹਿਲਾ ਇਲੈਕਸ਼ਨ ਸੀ ਸਾਡਾ, ਅਕਾਲੀ ਦਲ ਇਹ ਸੀਟ ਲੜਦਾ ਸੀ, ਔਰ 9 ਚੋਂ 8 ਵਿਧਾਨ ਸਭਾ ਵੀ ਅਕਾਲੀ ਦਲ ਹੀ ਲੜਦਾ ਸੀ। ਬਿਲਕੁਲ, ਉਹਨਾਂ ਦੇ MLA ਮੰਤਰੀ ਬਣਦੇ ਰਹੇ ਲੰਬੇ ਸਮੇਂ ਤੋਂ, ਉਹਦੇ ਬਾਵਜੂਦ ਅਕਾਲੀ ਦਲ ਸਾਡੇ ਤੋਂ ਬਹੁਤ ਪਿੱਛੇ ਰਿਹਾ, ਔਰ ਇੱਕ ਅੱਛੀ ਸਫਲਤਾ ਬੀਜੇਪੀ ਨੂੰ ਮਿਲੀ ਹੈ, ਲੋਕਾਂ ਦਾ ਬੜਾ ਪਿਆਰ ਔਰ ਆਸ਼ੀਰਵਾਦ ਮਿਲ ਰਿਹਾ। ਔਰ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟ ਨਹੀਂ ਵੀ ਪਾਈ, ਕਿਉਂਕਿ ਅਸੀਂ ਪਹੁੰਚ ਨਹੀਂ ਸਕੇ ਸੀਗੇ, ਉਹਨਾਂ ਦੀ ਵੀ ਅੱਜ ਇਹ ਗੱਲ ਆ ਰਹੀ ਹੈ ਕਿ ਅਸੀਂ ਬੀਜੇਪੀ ਨਾਲ ਜੁੜਨਾ ਚਾਹੁੰਦੇ ਹਾਂ, ਤੁਸੀਂ ਸਾਡੇ ਪਿੰਡ 'ਚ ਆਓ, ਅਸੀਂ ਆਪਣੀ ਗੱਲ ਤੁਹਾਡੀ ਸੁਣਨਾ ਚਾਹੁੰਦੇ ਹਾਂ। ਸੋ ਅਸੀਂ ਆਪਣਾ ਦੌਰਾ ਸ਼ੁਰੂ ਕਰਾਂਗੇ, ਔਰ ਬਹੁਤ ਜਲਦੀ 3-4 ਮਹੀਨੇ 'ਚ ਪੂਰੀ ਲੋਕ ਸਭਾ ਦਾ ਮੈਂ ਦੌਰਾ ਕਰਾਂਗਾ। ਕਿਉਂਕਿ ਤੁਸੀਂ ਕਿਹਾ ਕਿ ਓਬਵੀਅਸਲੀ ਟਾਈਮ ਘੱਟ ਮਿਲਿਆ ਤੁਹਾਨੂੰ, ਸਭ ਤੋਂ ਲਾਸਟ ਅਨਾਊਂਸ ਕੀਤਾ ਗਿਆ ਸੀਗਾ, ਲੇਕਿਨ ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਹੁਣ ਬੀਜੇਪੀ ਦਾ ਕਿਸ ਤਰ੍ਹਾਂ ਦਾ ਰੋਡ ਮੈਪ ਤਿਆਰ ਕੀਤਾ ਜਾ ਰਿਹਾ? ਕਿਉਂਕਿ ਤੁਸੀਂ ਕਿਹਾ ਕਿ ਹੁਣ ਆਉਣ ਵਾਲੇ 3-4 ਮਹੀਨੇ 'ਚ ਅਸੀਂ ਪੂਰਾ ਪਿੰਡਾਂ 'ਚ ਜਾ ਰਹੇ ਹਾਂ, ਪਿੰਡਾਂ ਦੇ ਯੂਥ ਨਾਲ ਖਾਸ ਤੌਰ 'ਤੇ ਗੱਲ ਕਰ ਰਹੇ ਹਾਂ, ਕਿਸ ਤਰ੍ਹਾਂ ਦੀ ਪ੍ਰੋਬਲਮਸ ਨੇ, ਕਿਸ ਤਰ੍ਹਾਂ ਦੀ ਚੀਜ਼ਾਂ ਨੇ, ਉਹਨਾਂ ਦੇ ਕਿਸ ਤਰ੍ਹਾਂ ਦੇ ਮੁੱਦੇ ਨੇ, ਉਹਨਾਂ ਨੂੰ ਲੈ ਕੇ ਅਸੀਂ ਗੱਲਬਾਤ ਕਰ ਨਹੀਂ। ਬੀਜੇਪੀ ਗਰਾਊਂਡ 'ਤੇ ਤਗੜੇ ਹੋ ਕੇ ਕੰਮ ਕਰ ਰਹੀ ਹੈ, ਹੋਰ ਤਗੜੇ ਹੋ ਕੇ ਕੰਮ ਕਰਾਂਗੇ। ਬੀਜੇਪੀ ਨੇ 23 ਸੀਟਾਂ ਲੀਡ ਕੀਤੀਆਂ ਵਿਧਾਨ ਸਭਾ ਦੀਆਂ, 6 'ਤੇ ਅਸੀਂ ਨੰਬਰ 2 ਰਹੇ ਹਾਂ, ਔਰ ਬਹੁਤ ਸਾਰੀਆਂ ਸੀਟਾਂ, ਲਗਭਗ 14-15 ਸੀਟਾਂ ਐਸੀਆਂ ਜਿੱਥੇ ਅਸੀਂ 300, 400, 500 ਵੋਟ ਹੀ ਪਿੱਛੇ ਰਹੇ ਹਾਂ। ਸੋ ਮੈਂ ਸਮਝਦਾ ਕਿ ਉਹ ਜਲਦੀ ਪੂਰੀ ਹੋਏਗੀ। ਔਰ 2 ਗੱਲਾਂ ਮੈਂ ਦੇਖੋ ਪਹਿਲਾਂ ਵੀ ਕਹੀਆਂ ਸੀ ਕਿ ਸੀਟਾਂ ਕਿੰਨੀਆਂ ਆਉਣਗੀਆਂ ਮੈਂ ਨਹੀਂ ਕਹਿ ਸਕਦਾ, ਲੇਕਿਨ ਰਿਜ਼ਲਟ ਆਉਣ ਤੋਂ ਬਾਅਦ 2 ਇੰਡੀਕੇਸ਼ਨ ਪੰਜਾਬ ਦੀ ਪੋਲੀਟਿਕਸ ਨੇ। ਪਹਿਲਾ, ਬੀਜੇਪੀ ਦਾ ਉਦੇ ਹੋ ਰਿਹਾ, ਪੰਜਾਬ ਰਾਈਜ਼ ਹੋ ਰਿਹਾ, ਔਰ ਆਮ ਆਦਮੀ ਪਾਰਟੀ ਦਾ ਡਾਊਨਫਾਲ ਹੋ ਰਿਹਾ। ਆਮ ਆਦਮੀ ਪਾਰਟੀ 30 ਸੀਟਾਂ 'ਤੇ ਹੀ ਰਹਿ ਗਈ ਹੈ 92 ਤੋਂ ਲੀਡ ਕੀਤੀ ਉਹਨੇ, ਔਰ ਬੀਜੇਪੀ 23 'ਤੇ ਲੀਡ ਕਰਕੇ 6 'ਤੇ ਬੜੇ ਮਾਮੂਲੀ ਮਾਰਜਨ ਨਾਲ ਪਿੱਛੇ, ਔਰ 14-15 ਐਸੇ ਜਿੱਥੇ ਹੋਰ ਵੀ ਘੱਟ ਮਾਰਜਨ ਤੋਂ ਪਿੱਛੇ ਹੈ। ਸੋ ਬੜਾ ਸਾਫ਼ ਸਪਸ਼ਟ ਸੰਕੇਤ ਹੈ ਕਿ ਪੰਜਾਬ ਬੀਜੇਪੀ ਨਾਲ ਆਉਣ ਲਈ ਤਿਆਰ ਹੈ। ਅੱਜ ਪ੍ਰੈਸ ਕਾਨਫਰੰਸ ਕੀਤੀ ਕਿਸਾਨਾਂ ਨੇ, ਉਹਨਾਂ ਨੇ ਕਿਹਾ ਕਿ ਬੀਜੇਪੀ ਸਾਡੇ ਕਰਕੇ ਹਾਰੀ, ਕਿਉਂਕਿ ਅਸੀਂ ਬੀਜੇਪੀ ਦੀ ਨੀਤੀਆਂ ਦੱਸੀ, ਇਸ ਕਰਕੇ ਬੀਜੇਪੀ ਜਿਹੜੀ ਹੈ ਹਾਰ ਦਾ ਸਾਹਮਣਾ ਕਰਨਾ ਪਿਆ। ਨਹੀਂ, ਬੀਜੇਪੀ ਨੂੰ ਤਾਂ 6.5% ਹੀ ਵੋਟ ਮਿਲੀ ਸੀ, ਬੀਜੇਪੀ 19% 'ਤੇ ਪਹੁੰਚ ਗਈ ਪੰਜਾਬ 'ਚ, ਅਤੇ ਬੀਜੇਪੀ ਤਾਂ ਪ੍ਰੋਗਰੈਸ 'ਚ ਹੀ ਹੈ। ਸੋ ਠੀਕ ਹੈ, ਲੋਕਤੰਤਰ 'ਚ ਹਰੇਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ, ਔਰ ਅਗਰ ਦੇਸ਼ ਦੀ ਵੀ ਗੱਲ ਕਰੀਏ ਤਾਂ ਨਹਿਰੂ ਜੀ ਤੋਂ ਬਾਅਦ ਮੋਦੀ ਜੀ ਹੀ ਐਸੇ ਪ੍ਰਧਾਨ ਮੰਤਰੀ ਜੋ 3ਵੀ ਵਾਰੀ ਪ੍ਰਧਾਨ ਮੰਤਰੀ ਬਣ ਰਹੇ ਲਗਾਤਾਰ। ਇੰਦਰਾ ਗਾਂਧੀ ਵੀ ਬੁਰੀ ਤਰ੍ਹਾਂ ਹਾਰ ਗਈ ਸੀ 1970 'ਚ, ਸਰਕਾਰ ਨਹੀਂ ਬਣਾ ਸਕੀ ਜੀ, ਆਪਣੀ ਲੋਕ ਸਭਾ ਵੀ ਹਾਰ ਗਈ ਸੀ। ਬੀਜੇਪੀ ਅੱਜ ਵੀ 240 ਸੀਟਾਂ ਜਿੱਤ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਬਿਲਕੁਲ, ਲੇਕਿਨ ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਫੈਕਟਰ ਰਿਹਾ ਕਿਸਾਨੀ ਦਾ, ਕਿਉਂਕਿ ਜਿਸ ਤਰ੍ਹਾਂ ਦਾ ਵਿਰੋਧ ਵੀ ਦੇਖਣ ਨੂੰ ਮਿਲਿਆ, ਜਿਸ ਤਰ੍ਹਾਂ ਲਗਾਤਾਰ ਤੁਸੀਂ ਵੀ ਵੇਖਿਆ ਕਈ ਬੀਜੇਪੀ ਲੀਡਰਸ ਦਾ ਵਿਰੋਧ ਹੋਇਆ, ਪ੍ਰਦਰਸ਼ਨ ਹੋਇਆ, ਬੀਜੇਪੀ ਦੇ ਖਿਲਾਫ਼ ਨਾਅਰੇਬਾਜ਼ੀ ਹੋਈ, ਤੁਹਾਨੂੰ ਦੇਖੋ ਮੈਂ ਅਗਰ ਅਗਰ ਇਹਨਾਂ ਦਾ ਅੰਦੋਲਨ ਦਾ ਕੋਈ ਅਸਰ ਹੈ ਤਾਂ ਸਭ ਤੋਂ ਜ਼ਿਆਦਾ ਅਸਰ ਤਾਂ ਪੰਜਾਬ 'ਚ ਹੋਣਾ ਚਾਹੀਦਾ ਸੀ। ਬਿਲਕੁਲ, ਪੰਜਾਬ 'ਚ ਤਾਂ ਬੀਜੇਪੀ 3 ਗੁਣਾ ਵੱਧ ਗਈ, 6.5% ਦੀ ਪਾਰਟੀ 19% 'ਤੇ ਪਹੁੰਚ ਗਈ, ਅਤੇ ਫਿਰ ਪੰਜਾਬ 'ਚ ਤਾਂ ਫਾਇਦਾ ਹੀ ਹੋਇਆ ਬੀਜੇਪੀ ਨੂੰ, ਅਤੇ ਫਿਰ ਜੇ ਪੰਜਾਬ 'ਚ ਕੋਈ ਅਸਰ ਨਹੀਂ ਆਇਆ ਅਤੇ ਬਾਕੀ ਦੇਸ਼ 'ਚ ਇਹਨਾਂ ਦਾ ਕੋਈ ਅਸਰ ਨਹੀਂ ਹੋਏਗਾ। ਬਾਕੀ ਠੀਕ ਹੈ, ਸਾਨੂੰ ਆਪਣੀ ਗੱਲ ਲੋਕਤੰਤਰ 'ਚ ਕਹਿਣ ਦਾ ਅਧਿਕਾਰ ਹੈ,
ਦੇਸ਼ ਦੀ ਜਨਤਾ ਨੇ ਮੋਦੀ ਜੀ ਨੂੰ ਅੱਜ ਵੀ ਸਮਰਥਨ ਦਿੱਤਾ। ਅੱਜ ਵੀ ਮੋਦੀ ਜੀ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਹੈ। ਅੱਜ ਵੀ ਭਾਰਤੀ ਜਨਤਾ ਪਾਰਟੀ 240 ਸੀਟਾਂ ਜਿੱਤ ਕੇ ਸਰਕਾਰ ਬਣਾ ਰਹੀ ਹੈ ਔਰ ਬੀਜੇਪੀ ਦਾ ਦਾਇਰਾ ਦੇਸ਼ 'ਚ ਵਧਿਆ। ਦੋ ਸੂਬਿਆਂ ਦੇ ਇਲੈਕਸ਼ਨ ਹੋਏ ਆ ਲੋਕ ਸਭਾ ਦੇ ਨਾਲ, ਦੋਨਾਂ ਸੂਬਿਆਂ 'ਚ ਬੀਜੇਪੀ ਸਰਕਾਰ ਬਣਾ ਰਹੀ। ਉੜੀਸਾ ਸਹੀ ਤੀਜੇ ਨੰਬਰ ਦੀ ਪਾਰਟੀ ਸੀ ਬੀਜੂ ਜਨਤਾ ਦਲ ਔਰ ਕਾਂਗਰਸ ਤੋਂ ਬਾਅਦ ਤੀਜੇ ਨੰਬਰ 'ਤੇ ਸੀ ਅਸੀਂ। ਅਸੀਂ ਉੱਥੇ ਕਿੱਡੇ ਸ਼ਾਨਦਾਰ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾ ਰਹੇ ਹਾਂ। ਦੱਖਣ ਦੇ ਰਾਜਾਂ 'ਚ ਬੀਜੇਪੀ ਦੀ ਵੋਟ ਵਧੀ ਹੈ, ਪੰਜਾਬ 'ਚ ਬੀਜੇਪੀ ਦੀ ਵੋਟ ਵਧੀ ਹੈ, ਉੱਤਰ ਪੂਰਬ 'ਚ ਬੀਜੇਪੀ ਅਰੁਣਾਚਲ 'ਚ ਦੁਬਾਰਾ ਸਰਕਾਰ ਬਣਾ ਕੇ ਆ ਰਹੀ ਹੈ। ਸੋ ਜੋ ਲੋਕ ਕਲਿਆਣ ਦੀਆਂ ਜਨ ਕਲਿਆਣ ਦੀਆਂ ਨੀਤੀਆਂ ਮੋਦੀ ਸਾਹਿਬ ਦੀਆਂ, ਲੋਕ ਉਹਦੇ ਨਾਲ ਨੇ। ਉਹ ਠੀਕ ਹੈ ਕਿ ਕੁਛ ਸੂਬਿਆਂ 'ਚ ਸਾਡੇ ਖਿਲਾਫ ਵਾਲੀ ਜਿਹੜੀ ਵੋਟ ਸੀ ਉਹ ਇਕਜੁੱਟ ਹੋਈ ਹੈ, ਉਹਦੇ ਕਰਕੇ ਸਾਨੂੰ ਥੋੜ੍ਹਾ ਸੀਟਾਂ ਦਾ ਨੁਕਸਾਨ ਜ਼ਰੂਰ ਹੋਇਆ, ਲੇਕਿਨ ਲੋਕਾਂ ਦੇ ਪ੍ਰੇਮ 'ਚ ਵਿਸ਼ਵਾਸ 'ਚ ਕੋਈ ਕਮੀ ਨਹੀਂ ਹੈ। ਔਰ 10 ਸਾਲ ਦੀ ਸਰਕਾਰ ਬਣਾਉਣ ਤੋਂ ਬਾਅਦ ਵੀ ਅਗਰ ਬੀਜੇਪੀ ਸੱਤਾ 'ਚ ਹੈ ਤਾਂ ਇਹ ਪ੍ਰਗਟਾ ਰਿਹਾ ਕਿ ਮੋਦੀ ਜੀ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ। ਆਖਰੀ ਸਵਾਲ ਸਰ, ਹਾਲਾਂਕਿ ਹੁਣ ਤੁਸੀਂ ਕੀ ਟਿੱਪਣੀ ਕਰੋਗੇ, ਕੰਗਨਾ ਰਣੌਤ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ? ਕਿਉਂਕਿ ਹੁਣ ਕਿਸਾਨ ਵੀ ਅੱਜ DGP ਨੂੰ ਮਿਲ ਰਹੇ ਹੈ, 9 ਤਰੀਕ ਨੂੰ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ। ਇਹ ਸਾਰਾ ਜੋ ਵੀ ਐਪੀਸੋਡ ਹੋਇਆ, ਕੰਗਨਾ ਰਣੌਤ ਨੇ ਵੀ ਬਿਆਨ ਦਿੱਤਾ, ਕਿਸ ਤਰ੍ਹਾਂ ਤੁਸੀਂ ਵੇਖਦੇ? ਬੜਾ ਮੰਦਭਾਗਾ, ਮੈਂ ਹਮੇਸ਼ਾ ਤੋਂ ਇਸ ਗੱਲ ਨਾਲ ਵਿਸ਼ਵਾਸ ਰੱਖਦਾ ਕਿ ਲੋਕਤੰਤਰ 'ਚ ਹਿੰਸਾ ਲਈ ਕੋਈ ਸਥਾਨ ਨਹੀਂ। ਲੋਕਤੰਤਰ 'ਚ ਸੰਯਮ ਰੱਖਣਾ ਚਾਹੀਦਾ, ਸਭ ਧਿਰਾਂ ਨੂੰ ਰੱਖਣਾ ਚਾਹੀਦਾ। ਔਰ ਖਾਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਕਹਿਣਾ ਕਿ ਮੈਂ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਜਿਹੜੀ ਹੇਟ ਕੈਂਪੇਨ ਚੱਲ ਰਹੀ ਹੈ, ਤੁਰੰਤ ਬੰਦ ਹੋਣੀ ਚਾਹੀਦੀ ਹੈ। ਜੋ ਵੀ ਇਹ ਘਟਨਾਕ੍ਰਮ ਹੋਇਆ ਉਹਦੀ ਜੋ ਵੀ ਜਾਂਚ ਹੋਏਗੀ ਕਾਨੂੰਨ ਦੇ ਹਿਸਾਬ ਨਾਲ ਕੰਮ ਹੋਏਗਾ। ਸਾਨੂੰ ਆਪਸ 'ਚ ਪ੍ਰੇਮ ਪਿਆਰ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਕੁਛ ਤਾਕਤਾਂ ਜਿਹੜੀਆਂ ਮੌਕਾ ਭਾਲਦੀਆਂ ਰਹਿੰਦੀਆਂ ਕਿ ਕਿਵੇਂ ਪੰਜਾਬ 'ਚੋਂ ਵਖਰੇਵਾਂ ਪੈਦਾ ਕਰਨ, ਐਸੀਆਂ ਤਾਕਤਾਂ ਨੂੰ ਜਵਾਬ ਦੇਣਾ। ਪੰਜਾਬੀ ਇੱਕਜੁੱਟ ਨੇ, ਇੱਕਜੁੱਟ ਰਹਿਣਗੇ।